ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਦੇ ਵਿੱਚ ਤੋੜਫੋੜ ਕੀਤੀ ਗਈ ਹੈ। ਦਰਅਸਲ ਅੰਦਰ ਲੱਗੀਆਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਜੋ ਫੋਟੋਆਂ ਸੀ ਉਹਨਾਂ ਨੂੰ ਵੀ ਖੰਡਿਤ ਕਰ ਦਿੱਤਾ ਗਿਆ ਤਾਂ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਬੇਹੱਦ ਨੀਚ ਹਰਕਤ ਕੀਤੀ ਗਈ ਹੈ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਲੋਕ ਮੰਦਿਰ ਦੇ ਕੋਲ ਇਕੱਠੇ ਹੁੰਦੇ ਨੇ ਅਤੇ ਉਹਨਾਂ ਦੇ ਵੱਲੋਂ ਭਾਰੀ ਰੋਸ ਜਤਾਇਆ ਜਾਂਦਾ। ਪੁਲਿਸ ਨੂੰ ਵੀ ਇਸ ਮਾਮਲੇ ਸੰਬੰਧੀ ਸ਼ਿਕਾਇਤ ਦਿੱਤੀ ਗਈ ਹੈ ਤਾਂ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਦੱਸ ਦਈਏ ਕਿ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਬੇਹੱਦ ਹੀ ਨੀਚ ਹਰਕਤ ਕੀਤੀ ਗਈ ਹੈ, ਜਿਸ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ 'ਚ ਲੱਗੀਆਂ ਤਸਵੀਰਾਂ ਨੂੰ ਖੰਡਿਤ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਜੋ ਸ਼ਰਾਰਤੀ ਅਨਸਰਾਂ ਦੇ ਵੱਲੋਂ ਨੀਚ ਹਰਕਤ ਕੀਤੀ ਗਈ ਹੈ ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਬੇਖੌਫ ਹੋ ਕੇ ਇਹ ਸ਼ਰਾਰਤੀ ਅਨਸਰਾਂ ਦੇ ਵੱਲੋਂ ਹਰਕਤ ਕੀਤੀ ਗਈ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਗੱਲ ਸੀ ਤਾਂ ਉਹਨਾਂ ਦੇ ਨਾਲ ਆ ਕੇ ਕਰ ਲੈਂਦੇ, ਮੰਦਿਰ ਦੇ ਵਿੱਚ ਤੋੜਫੋੜ ਕਿਉਂ ਕੀਤੀ ਗਈ ਹੈ। ਤਾਂ ਹੁਣ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੱਲ ਭਾਅ ਜੀ, ਅਸੀਂ ਨਾ ਤਾਂ ਗੁਰੂ ਘਰ ਮੰਦਿਰ ਬਣਾਉਣ ਡਿਆ, ਗੁਰਦੁਆਰਾ ਬਣਾਉਣ ਡਿਆ ਗੁਰੂ ਸਾਹਿਬ, ਅਤੇ ਇੱਦਾਂ ਅਸੀਂ 2-3 ਮਹੀਨੇ ਹੋ ਗਿਆ ਕੰਮ ਲੱਗਾ ਦਾ, ਅਤੇ ਕਦੀ ਕੋਈ ਅੜਚਣ ਪੈ ਜਾਂਦੀ ਹੈ, ਕਦੀ ਕੋਈ ਪੈ ਜਾਂਦੀ ਆ। ਅੱਜ ਸਾਡੇ ਬੱਚੇ ਰਾਤੀ 10 ਵਜੇ ਇੱਥੋਂ ਗਏ ਨੇ, ਸਾਰੇ ਪਰਿਵਾਰ ਆਪਣੇ ਜਿੰਨੇ ਬੱਚੇ ਹੈਗੇ ਬੰਦੇ ਖਲੋਂਦੇ ਆਣ ਕੇ ਸਾਮੀ, ਪਤਾ ਨਹੀਂ 2-3 ਵਜੇ ਕਦੋਂ ਕਿਸੇ ਨੇ ਕਾਰਾ ਕੀਤਾ, ਸਾਡਾ ਬਾਹਰਲਾ ਪੋਸਟ ਵੀ ਪਾੜ ਦਿੱਤਾ, ਅੰਦਰ ਵੀ ਤਾਲਾ ਤੋੜ ਕੇ, ਅਤੇ ਬਹੁਤ ਸਭ ਕੁਛ ਖਲਾਰਾ ਖਲੂਰਾ ਪਾ ਦਿੱਤਾ, ਅਤੇ ਅਸੀਂ ਸਵੇਰੇ ਆਣ ਕੇ ਜੋ ਜਗਾਉਣ ਲੱਗੇ ਆਣ ਕੇ ਦੇਖਿਆ ਆ, ਅਤੇ 3-4 ਘਰ ਨਾਲ ਜਿਹੜੇ ਸਾਡੇ ਨਾਲ ਲਾਗਤਬਾਜ਼ੀ ਲੱਗਦੀ ਹੈ, ਸਾਨੂੰ ਉਹਨਾਂ 'ਤੇ ਸ਼ੱਕ ਆ, ਸਾਨੂੰ ਹੋਰ ਕਿਸੇ 'ਤੇ ਸ਼ੱਕ ਨਹੀਂ ਹੈਗਾ। ਸਾਨੂੰ ਜਦੋਂ ਅਸੀਂ ਆਉਂਦੇ ਮਾੜਾ ਚੰਗਾ ਬੋਲਦੇ ਨੇ, ਜੇ ਅਸੀਂ ਸਤਸੰਗ ਕਰਨੇ ਹਾਂ ਜਾਂ ਅਸੀਂ ਗੁਰੂ ਘਰ ਸਫਾਈ ਸਫੂਈ ਕਰਨੇ ਆਣ ਕੇ, ਉਹਦੇ ਕਾਰਨ ਸਾਡੇ ਨਾਲ ਕਰਦੇ। ਜਦੋਂ ਹੀ ਬੋਲਦੇ, ਕਦੀ ਕਹਿੰਦੇ ਸਾਨੂੰ ਪੀਪਾ ਲਿਆ ਕੇ ਰੱਖ ਖੜੇ ਦਾ, ਕਦੀ ਮਾੜਾ ਚੰਗਾ ਸਾਡੇ ਗੁਰੂ ਨੂੰ ਬੋਲਦੇ ਨੇ, ਤੁਸੀਂ ਇੱਥੇ ਮੜੀਆਂ ਸੱਤੀ ਦੀਆਂ ਆ, ਉਹ ਹੋਣਾ ਆ ਜਾਂ ਉਹ ਹੋਣਾ ਇੱਥੇ। ਇਸ ਕਰਕੇ ਅਸੀਂ ਕਹਿੰਦੇ ਵੀ ਸਾਡੇ ਗੁਰੂ ਦੀ ਸਾਡੇ ਜਾਤ ਨੂੰ ਮਾੜਾ ਬੋਲਦੇ ਜਦੋਂ ਹੀ ਬੋਲਦੇ ਨੇ, ਅਤੇ ਸਾਡੇ ਗੁਰੂ ਇੰਨੀ ਕਾਰਵਾਈ ਕੀਤੀ ਜਾਏ ਜਿਹੜਾ ਸਖ਼ਤ ਤੋਂ ਸਖ਼ਤ ਇਹਨਾਂ ਪੁਲਿਸ ਆਈ ਸੀ ਤੁਹਾਡੇ ਕੋਲ ਕੰਪਲੇਂਟ ਕੀਤੀ ਸੀ? ਪੁਲਿਸ ਆਈ ਸੀ ਬਹੁਤ ਗੌਰ ਨਾਲ, ਉਹਨਾਂ ਨੇ ਸਭ ਕੁਛ ਦੇਖਿਆ, ਸਾਡੇ ਬਹੁਤ ਉਹਨਾਂ ਨੇ ਇੱਜ਼ਤ ਕੀਤੀ। ਕੀ ਵਿਸ਼ਵਾਸਨ ਤੋਂ ਅੱਗੇ ਆ ਉਹ? ਹੁਣ ਦੇਖੋ ਅਜੇ ਤਾਂ ਕਿਤੇ ਜਿਨ੍ਹਾਂ ਦੇ ਸ਼ੱਕ ਆ ਸਾਨੂੰ ਉੱਧਰ ਗਏ ਦੇ ਨੇ, ਅਜੇ ਇੱਥੇ ਹੀ ਆ। ਕੀ ਮੰਗ ਕਰਦੇ ਹੋ? ਹਾਂ ਸਰ, ਅਸੀਂ ਮੰਗ ਕਰਦੇ ਹਾਂ ਪਰ ਸਾਡੀ ਜਿੰਨੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਈ ਜਾਏ ਇਹਦੇ ਉੱਤੇ, ਸਾਡੇ ਅੱਗੇ ਤੋਂ ਲੈ ਕੇ ਸਾਡੇ ਨਾਲ ਕੋਈ ਪੰਗਾ ਨਾ ਪਾਉਣ, ਸਾਨੂੰ ਮਾੜਾ ਚੰਗਾ ਨਾ ਬੋਲਣ, ਨਾ ਹੀ ਵਜੇ ਇਹਦਾ, ਤਾਂ ਸਖ਼ਤ ਤੋਂ ਸਖ਼ਤ ਸਜ਼ਾ ਕਾਰਵਾਈ ਕਰਨੀ ਚਾਹੀਦੀ ਹੈ। ਕੀ ਨਾਮ ਆਪਣਾ ਔਰ ਕਿਹੜਾ ਪਿੰਡ ਆ ਇਹ? ਮੈਂ ਜੀ ਮੋਹਨ ਲਾਲ, ਪਿੰਡ ਭਾਗੂ ਕਾਵਾਂ। ਕੀ ਗੱਲ ਹੋਈ ਹੈ ਇੱਥੇ ਜੀ? ਅੱਜ ਸਵੇਰ ਤੜਕ ਸਾਰ ਮਤਲਬ ਸਾਡੇ ਨੌਜਵਾਨ ਜਿਹੜੇ ਮੁੰਡੇ ਨੇ ਅਤੇ ਇੱਕ ਸਾਡੀ ਆਪਣੇ ਜਨੀ ਬੀਬੀ ਇੱਥੇ ਜੋ ਜਗਾਉਣ ਆਈ, ਅਤੇ ਜਦੋਂ ਉਹਨਾਂ ਨੇ ਦੇਖਿਆ ਆਣ ਕੇ ਤਾਂ ਫੋਟੋਆਂ ਜਿਹੜੀਆਂ ਸੀ ਨਾ ਉਧਰ ਉਧਰ ਖਿਲਰੀਆਂ ਪਈਆਂ ਸੀਗਾ, ਅਤੇ ਸਾਡਾ ਜਿਹੜਾ ਆਪਣੇ ਬੋਰਡ ਲਾਇਆ ਗੁਰੂ ਰਵਿਦਾਸ ਗੁਰਦੁਆਰਾ, ਉਹਦਾ ਬੋਰਡ ਵੀ ਪਾਟਾ ਹੋਇਆ, ਅਤੇ ਬੋਰਡ ਨੂੰ ਜਿਹੜਾ ਬਿਲਕੁਲ ਹਿਲਾਇਆ ਮਤਲਬ ਵੀ ਤੋੜਨ ਦੀ ਕੋਸ਼ਿਸ਼ ਕੀਤੀ, ਅਤੇ ਬਾਕੀ ਸਾਡੇ ਆ ਸਾਹਮਣੇ ਲੱਗਾ ਸੀਗਾ ਬੈਨਰ ਗੁਰੂਆਂ ਦਾ ਮਤਲਬ, ਅਤੇ ਉਹ ਵੀ ਇਹਨਾਂ ਨੇ ਮਤਲਬ ਵੀ ਪਾੜ ਪੂੜ ਕੇ ਅਤੇ ਪਤਾ ਨਹੀਂ ਕਿੱਥੇ ਲੈ ਗਏ। ਅਤੇ ਮੇਰਾ ਮਤਲਬ ਕਹਿਣ ਦਾ ਵੀ ਸਾਡੇ ਗੁਰੂਆਂ ਦੀ ਜਿਹੜੀ ਆ ਬਹੁਤ ਬੇਅਬਦੀ ਹੋਈ ਆ, ਕਿਉਂਕਿ ਜੇ ਕੋਈ ਗੱਲਬਾਤ ਇਹਨਾਂ ਦੀ ਹੈ ਤਾਂ ਉਹ ਮਤਲਬ ਵੀ ਇਨਸਾਨਾਂ ਨਾਲ ਕਰਨ ਜਾਂ ਸਾਡੇ ਨਾਲ ਗੱਲਬਾਤ ਆ ਸਾਡੇ ਨਾਲ ਕਰਨ, ਪਰ ਇੱਕ ਗੁਰੂਆਂ ਨਾਲ ਮਤਲਬ ਇਹਨਾਂ ਨੇ ਬੇਅਬਦੀ ਕੀਤੀ ਆ, ਮਤਲਬ ਵੀ ਇਹਦੇ ਬਹੁਤ ਨਿੰਦਣਯੋਗ ਆ। ਅਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਪ੍ਰਸ਼ਾਸਨ ਨੂੰ ਵੀ ਮਤਲਬ ਵੀ ਬੁਲਾਇਆ, ਅਤੇ ਪ੍ਰਸ਼ਾਸਨ ਜਿਹੜਾ ਵਾ ਉਹ ਲਗਾਤਾਰ ਮਤਲਬ ਕਾਰਵਾਈ ਕਰ ਰਿਹਾ ਵਾ, ਕਿਉਂਕਿ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਅੱਜ ਤੋਂ 2 ਮਹੀਨੇ ਪਹਿਲਾਂ ਹੀ ਇਹ ਮੁੱਦਾ ਜਿਹੜਾ ਵਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ। ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਸ ਮੁੱਦੇ ਨੂੰ ਮਤਲਬ ਵੀ ਜਿਹੜਾ ਵਾ ਜਲਦੀ ਤੋਂ ਜਲਦੀ ਇਹਦਾ ਪੁਲਿਸ ਕੰਪਲੇਂਟ ਕੀਤੀ ਤੁਸੀਂ?
ਅਸੀਂ ਕੰਪਲੇਂਟ ਕੀਤੀ ਆ ਆਪਣੇ ਪੁਲਿਸ ਪ੍ਰਸ਼ਾਸਨ ਨੂੰ। ਬਾਕੀ ਆਪਾਂ ਹੋਰ ਵੀ ਮਤਲਬ ਵੀ ਜਥੇਬੰਦੀਆਂ ਨੂੰ ਮਤਲਬ ਵੀ ਪੁਲਿਸ ਆਈ ਤੁਹਾਡੇ ਕੋਲ? ਹਾਂਜੀ ਪੁਲਿਸ ਆਈ ਸਰ, ਪੁਲਿਸ ਨੇ ਮਤਲਬ ਵੀ ਬੜੇ ਧਿਆਨ ਦੇ ਨਾਲ ਸੰਜੀਦਾ ਢੰਗ ਦੇ ਨਾਲ ਇਸ ਮਸਲੇ ਨੂੰ ਮਤਲਬ ਦੇਖਿਆ, ਔਰ ਮਤਲਬ ਵੀ ਸਾਨੂੰ ਪੂਰਾ ਵਿਸ਼ਵਾਸ ਆ ਵੀ ਪ੍ਰਸ਼ਾਸਨ ਜਿਹੜਾ ਵਾ ਇਸ ਮਸਲੇ ਨੂੰ ਚੰਗੇ ਵਧੀਆ ਢੰਗ ਦੇ ਨਾਲ ਜਿਹੜਾ ਸੁਲਝਾਉਣ ਦੇ ਵਿੱਚ ਕਾਮਯਾਬ ਹੋਏਗਾ ਸਾਨੂੰ ਪੂਰੀ ਆਸ। ਕੀ ਮੰਗ ਕਰਦੇ ਤੁਸੀਂ? ਅਸੀਂ ਇਹੋ ਮੰਗ ਕਰਦੇ ਹਾਂ ਵੀ ਜਿਨ੍ਹਾਂ ਲੋਕਾਂ ਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹਨਾਂ ਦੇ ਖਿਲਾਫ਼ ਜਿਹੜੀ ਆ ਉਹ ਸਖ਼ਤ ਤੋਂ ਸਖ਼ਤ ਜਿਹੜੀ ਆ ਉਹ ਕਾਰਵਾਈ ਕੀਤੀ ਜਾਵੇ, ਬਣਦੀ ਕਾਰਵਾਈ ਆ ਉਹਨਾਂ ਦੇ ਖਿਲਾਫ਼ ਜਿਹੜੀ ਕੀਤੀ ਜਾਵੇ, ਕਿਉਂਕਿ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਅਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਗੁਰੂਆਂ ਦੀ ਜਿਹੜੀ ਬੇਅਦਬੀ ਆ ਉਹ ਨਾ ਹੋ ਸਕੇ।